ਦੇਖੋ ਜੀ, ਅੱਜ ਪ੍ਰੀਤੇ ਅੰਕਲ ਦੇ ਭੋਗ ਤੇ ਸਾਰੇ ਇਕੱਠੇ ਹੋਏ ਸੀ ਤੇ ਮੈਂ ਅੱਜ ਏਅਰਪੋਰਟ ਤੋਂ ਉਤਰਿਆ। ਇੱਥੇ ਮੈਨੂੰ ਰਾਣੇ ਆਪਣੇ ਜਗਦੀਪ ਵਾਂਝ ਨੇ ਤੇ ਧੀਰੇ ਨੇ ਸੁਭਾਨਪੁਰ ਅੱਡੇ ਤੋਂ ਮੁੜਦਾ ਵੇਖ ਲਿਆ। ਮੈਨੂੰ ਪਤਾ ਨਹੀਂ ਵੀ ਅੱਜ ਪ੍ਰੀਤਿਆਂ ਭਾਜੀ ਦਾ ਅੰਕਲ ਦਾ ਭੋਗ ਆ ਤੇ ਮੈਂ ਘਰ ਪਹੁੰਚਿਆ ਨਹੀਂ, ਮੇਰੀ ਵਾਈਫ ਨਾਲ ਸੀ ਤੇ ਮੈਂ ਉਹਨੂੰ ਉੱਥੇ ਭੇਜਤਾ ਤੇ ਮੈਨੂੰ ਜਦੋਂ ਪਤਾ ਲੱਗਾ ਤਾਂ ਮੇਰੀ ਇਹ ਬਹੁਤ ਮੁੜ ਤੋਂ ਤਮੰਨਾ ਰਹੀ ਵੀ ਸਾਡੇ ਕੋਲ ਜਾ ਕੇ ਪ੍ਰੀਤ ਅੰਕ ਰਹਿੰਦਾ ਰਿਹਾ ਸਾਡੇ ਨਾਲ, ਚਾਰ ਚਾਰ ਪੰਜ ਪੰਜ ਵੀਕ ਸਾਡੇ ਨਾਲ ਧੀਰੇ ਨੇ ਜੋ ਖੇਡਣਾ ਇੱਕੋ ਰੂਮ 'ਚ ਰਹਿਣਾ ਤੇ ਚਲੋ ਉਹ ਟਾਈਮ ਚੰਗੇ। ਪਰ ਇਹਨਾਂ ਨੇ ਜਿਹੜੀ ਮੱਖਣ ਸਾਹਿਬ ਲਬਾਣਾ ਦੇ ਸੁਸਾਇਟੀ ਆ, ਪ੍ਰਧਾਨ ਸਾਹਿਬ ਬੈਠੇ ਆ, ਸਾਰੇ ਘੁੰਮਣ ਸਾਹਿਬ ਬੈਠੇ ਆ, SSP ਸਾਹਿਬ ਬੈਠੇ ਆ, ਪੱਡਾ ਸਾਹਿਬ ਬੈਠੇ ਆ ਤਾਂ ਸਾਰੇ ਸਾਡੀ ਧੀਰੇ ਪੀੜੇ ਹੁਣੀ ਬੈਠੇ ਆ, ਸਾਡੇ ਲਗੋਟੀਏ ਯਾਰ ਇਕੱਠੇ ਖੇਡੇ ਹਾਂ ਅਤੇ ਅਸੀਂ ਜੇ 35-40 ਸਾਲ ਤੋਂ ਜਾ ਰਹੇ ਹਾਂ ਅਤੇ 2 ਲੱਖ ਰੁਪਈਆ ਮੈਂ ਆਪਣੇ ਵੱਲੋਂ ਯਾਦਗਾਰੀ ਲਈ ਅਤੇ ਜੇ ਤੁਸੀਂ ਪ੍ਰੀਤੇ ਅੰਕਲ ਦੇ ਨਾਂ 'ਤੇ ਇੱਕ ਟੂਰਨਾਮੈਂਟ ਨਡਾਲੇ 'ਚ ਕਰਾਓਗੇ ਤਾਂ ਜਿੰਨਾ ਚਿਰ ਤੁਸੀਂ ਕਰਾਓਗੇ, ਅੱਗੇ ਮੈਂ ਕਾਲੇ ਸਿੰਘ ਕਿਹਾ ਵੀ ਜਿੰਨਾ ਚਿਰ ਤੁਸੀਂ ਕਰਾਓਗੇ ਮੇਰਾ ਫਸਟ ਪ੍ਰਾਈਜ਼ ਹੋਊ, ਉੱਥੇ ਮੇਰਾ ਫਸਟ ਪ੍ਰਾਈਜ਼ ਰਿਹਾ ਅਤੇ ਜਿੰਨਾ ਚਿਰ ਤੁਸੀਂ ਇੱਥੇ ਕਰਾਓਗੇ ਮੇਰਾ ਫਸਟ ਪ੍ਰਾਈਜ਼ ਹੋਊ, ਜੋ ਤੁਸੀਂ ਫਸਟ ਪ੍ਰਾਈਜ਼ ਰੱਖੋਗੇ ਮੈਂ ਉਹ ਦਿਆ ਕਰੂੰ, ਪਰ ਟੂਰਨਾਮੈਂਟ ਇੱਕ ਹੋਣਾ ਚਾਹੀਦਾ ਪ੍ਰੀਤੇ ਅੰਕਲ ਦੇ ਨਾਂ 'ਤੇ। ਆਪਣਾ ਨਾਂ ਅਤੇ ਔਰਗੇਨਾਈਜੇਸ਼ਨ? ਮੇਰਾ ਨਾਂ ਜੀ ਹਰਨੇਕ ਸਿੰਘ ਨੇਕਾ ਮੈਰੀਪੁਰੀਆ ਅਤੇ ਚਲੋ ਤੁਹਾਡਾ ਵੀਰ ਮੈਂ ਬਰਮਿੰਗਮ GNG ਕਬੱਡੀ ਕਲੱਬ ਦਾ ਪ੍ਰਧਾਨ ਅਤੇ ਕਲੱਬ ਹਾਂਜੀ ਬਰਮਿੰਗਮ ਦੇ ਪ੍ਰਧਾਨ ਨੇ, ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਮੈਂ ਰਿਹਾ 5 ਸਾਲ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਗਰੀਬ ਘਰ 2 ਸਾਲ ਸ਼੍ਰੋਮਣੀ ਕਮੇਟੀ ਟੀਮ ਵੀ ਸੱਦੀ ਜੀ ਜੋ ਦਲਮੇਲ ਸਿੰਘ ਚਰਨ ਸਕੱਤਰ ਸੀ ਅਤੇ ਉਹ ਮੇਰੇ ਕਰਮਾਂ 'ਚ ਆਈ ਵੀ ਮੈਂ ਉਦੋਂ ਸੱਦੀ ਅਤੇ ਚਲੋ ਲੋਕ ਕਹਿੰਦੇ ਰਹੇ ਕਾਂਗਰਸ ਹੀ ਆ ਇਹਨੇ ਅਕਾਲੀਆਂ ਦੀ ਟੀਮ ਸਾਡੀ, ਮੈਂ ਕਿਹਾ ਸਪੋਰਟਸ ਆ ਅਸੀਂ ਸਪੋਰਟਸ ਸਾਨੂੰ ਇਹਨਾਂ ਕੋਈ ਲੈਣਾ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਨਾਮਵਰ ਸ਼ਖਸੀਅਤ ਸਿਰਫ ਨਡਾਲੇ ਦੀ ਨਹੀਂ, ਨਡਾਲੇ ਹਲਕੇ ਦੀ ਹੋਈ ਨਹੀਂ, ਕਬੱਡੀ ਜਗਤ ਵਿੱਚ ਬਹੁਤ ਹੀ ਪ੍ਰਸਿੱਧ ਔਰ ਪ੍ਰਾਪਤੀਆਂ ਭਰਪੂਰ ਨਾਮਵਰ ਸ਼ਖਸੀਅਤ ਸਰਦਾਰ ਪ੍ਰੀਤਮ ਸਿੰਘ ਪ੍ਰੀਤਾ, ਜਿਨ੍ਹਾਂ ਬਾਰੇ ਮਸ਼ਹੂਰ ਹੈ ਕਿ ਆਇਆ ਪ੍ਰੀਤਾ ਗਿਆ ਪ੍ਰੀਤਾ, ਉਹਨਾਂ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਉਪਰੰਤ ਵਿਚਾਰਾਂ ਕਰ ਰਹੇ ਸੀ ਕਿ ਉਹਨਾਂ ਦੀ ਕੋਈ ਸਥਾਪਿਤ ਕਰਨੀ ਚਾਹੀਦੀ ਹੈ ਐਸੀ ਯਾਦਗਾਰ ਜਿਹੜੀ ਚਿਰ ਸਥਾਈ ਹੋਵੇ ਅਤੇ ਉਹ ਉਹਨਾਂ ਦੀ ਯਾਦ ਵਿੱਚ ਬੈਠੇ ਸੀ, ਵਿਚਾਰ ਚਰਚਾ ਕਰ ਰਹੇ ਸੀ ਤਾਂ ਸਰਦਾਰ ਕੁਲਵਿੰਦਰ ਸਿੰਘ ਜੀ ਜਿਹੜੇ ਕਿ ਪ੍ਰਧਾਨ ਨੇ ਬਾਬਾ ਮੱਖਣ ਸ਼ਾਹ ਵੈਲਫੇਅਰ ਸੁਸਾਇਟੀ ਨਡਾਲਾ ਦੇ, ਇਹਨਾਂ ਨੇ ਕਿਹਾ ਵੀ ਜਿਹੜੀ ਵੀ ਕੋਈ ਐਸੀ ਯਾਦਗਾਰ ਸਥਾਪਿਤ ਹੋਏਗੀ ਉਹਦੇ ਲਈ ਇਸ ਸੁਸਾਇਟੀ ਵੱਲੋਂ 1 ਲੱਖ ਰੁਪਈਆ ਜਿਹੜਾ ਹੈ ਉਹਦਾ ਯੋਗਦਾਨ ਪਾਇਆ ਜਾਏਗਾ। ਔਰ ਮੈਂ ਆਪਣੇ ਵੱਲੋਂ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਸ਼ੰਗਰਾਲਾ ਸ਼ੁਭਕਰਮਨ ਜਿਹੜੀ ਸਾਡੀ ਸੁਸਾਇਟੀ ਹੈ ਵੈਲਫੇਅਰ ਸੁਸਾਇਟੀ ਉਹਦੇ ਵੱਲੋਂ 21,000 ਰੁਪਈਆ ਜਿਹੜਾ ਹੈ ਉਹਦੀ ਦਿਲ ਫੁੱਲ ਬੇਨਤੀ ਕਰਨਾ ਕਿ ਅਸੀਂ ਵੀ ਉਹਦੇ ਵਿੱਚ ਯਥਾ ਯੋਗ ਇੰਨਾ ਕੁ ਜਿਹੜਾ ਹੈ ਯੋਗਦਾਨ ਪਾਵਾਂਗੇ ਤਾਂ ਕਿ ਨਡਾਲੇ ਵਿੱਚ ਨੌਜਵਾਨਾਂ ਨੂੰ ਪ੍ਰੇਰਣਾ ਦਾ ਸਰੋਤ ਦੇਣ ਲਈ ਉਹਨਾਂ ਦੀ ਸਦੀਵੀ ਯਾਦਗਾਰ ਚਾਹੇ ਕੋਈ ਚੌਂਕ ਜਿਹੜਾ ਹੈ ਉਹਦੇ ਵਿੱਚ ਉਹਨਾਂ ਦਾ ਬੁੱਤ ਜਿਹੜਾ ਸਥਾਪਿਤ ਕੀਤਾ ਜਾਏ ਜਾਂ ਕੋਈ ਚੌਂਕ ਜਿਹੜਾ ਹੈ ਉਹਨਾਂ ਦੇ ਨਾਂ ਕੀਤਾ ਜਾਵੇ, ਇਸ ਤਰ੍ਹਾਂ ਦੀ ਕੋਈ ਯਾਦਗਾਰ ਜਿਹੜੀ ਹੈ ਉਹ ਸਥਾਈ ਤੌਰ 'ਤੇ ਅਸਟੈਬਲਿਸ਼ ਕਰਨ ਲਈ ਅਸੀਂ ਹੋਰ ਸੰਸਥਾਵਾਂ ਜਾਂ ਹੋਰ ਵਿਅਕਤੀਆਂ ਨੂੰ ਵੀ ਬੇਨਤੀ ਕਰਨੇ ਹਾਂ ਜਿਹੜੇ ਵੀ ਖੇਡ ਪ੍ਰੇਮੀ ਨੇ ਅੰਤਰਰਾਸ਼ਟਰੀ ਪੱਧਰ 'ਤੇ, ਰਾਸ਼ਟਰੀ ਪੱਧਰ 'ਤੇ, ਸਥਾਨਕ ਲੈਵਲ 'ਤੇ ਉਹ ਇਹਦੇ ਵਿੱਚ ਯੋਗਦਾਨ ਪਾਉਣ ਕਿਉਂਕਿ ਉਹ ਬੜੀ ਵੱਡੀ ਨਾਮਵਰ ਸ਼ਖਸੀਅਤ ਸਨ ਜਿਨ੍ਹਾਂ ਕੋਲ ਅਸੀਂ ਪ੍ਰੇਰਣਾ ਲੈ ਸਕਦੇ ਹਾਂ, ਨੌਜਵਾਨ ਪ੍ਰੇਰਣਾ ਲੈ ਸਕਦੇ ਨੇ, ਹੀਰੋ ਬਣ ਸਕਦੇ ਆਉਣ ਵਾਲੇ ਸਮੇਂ ਦੇ। ਸੋ ਉਹਦੇ ਵਿੱਚ ਅਸੀਂ ਬੇਨਤੀ ਕਰ ਰਹੇ ਹਾਂ ਹੋਰ ਸ਼ਖਸੀਅਤਾਂ ਨੂੰ ਵੀ
ਤੁਸੀਂ ਮੇਰਾ ਪਿੰਡ ਨਡਾਲਾ ਵਿੱਚ ਉਹਦੇ ਵਿੱਚ ਬਹੁਤ ਵੱਡਾ ਆਪਣਾ ਹਿੱਸਾ ਜਿਹੜਾ ਹੈ ਬਣਦਾ ਹਿੱਸਾ ਯੋਗਦਾਨ ਜਿਹੜਾ ਹੈ ਲੋਕਾਂ ਤੱਕ ਇਹ ਗੱਲ ਪਹੁੰਚਾ ਕੇ ਆਪਣਾ ਯੋਗਦਾਨ ਅਦਾ ਕਰ ਸਕਦੇ ਹੋ, ਯੋਗਦਾਨ ਪਾ ਸਕਦੇ ਹੋ, ਬਹੁਤ ਮਿਹਰਬਾਨੀ। ਹਾਂਜੀ ਭਾਅ ਜੀ, ਅੱਜ ਅੰਤਿਮ ਅਰਦਾਸ ਜਿਹੜੀ ਆ ਯਾਦਗਾਰ ਸਥਾਪਿਤ ਕਰਨ ਦੀ ਚਰਚਾ ਚੱਲੀ, ਕੀ ਕਹਿਣਾ ਚਾਹੁੰਦੇ? ਅੱਜ ਆਪਾਂ ਸਾਰੇ ਜਾਣਦੇ ਹਾਂ ਸਾਡੇ ਬਹੁਤ ਸਤਿਕਾਰਯੋਗ ਇਸ ਇਲਾਕੇ ਦੀ, ਪੰਜਾਬ ਦੀ, ਬਲਕਿ ਪੂਰੇ ਹਿੰਦੁਸਤਾਨ ਦੀ ਇੱਕ ਮੈਨਾਜ ਸ਼ਖਸੀਅਤ ਸੀ, ਬਹੁਤ ਅੱਛੇ ਕਬੱਡੀ ਪਲੇਅਰ ਅਤੇ ਅਥਲੀਟ ਸਰਦਾਰ ਪ੍ਰੀਤਮ ਸਿੰਘ ਪ੍ਰੀਤਾ, ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਅਸੀਂ ਸਾਰੇ ਹੀ ਇਸ ਇਲਾਕੇ ਦੇ, ਇਸ ਨਗਰ ਦੇ ਬੜੇ ਮੁਹੱਜ਼ਜ਼ ਲੋਕ ਔਰ ਪੂਰੇ ਪੰਜਾਬ ਦੇ ਵਿੱਚੋਂ ਕਬੱਡੀ ਪਲੇਅਰ, ਐਕਸ ਕਬੱਡੀ ਪਲੇਅਰ ਔਰ ਬਹੁਤ ਅੱਛੇ ਔਫਿਸਰ ਜਿਹੜੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅੱਜ ਇੱਥੇ ਸਾਡੇ ਨਡਾਲੇ ਦੀ ਧਰਤੀ ਦੇ ਉੱਤੇ ਪਹੁੰਚੇ ਸੀ। ਔਰ ਇੱਥੇ ਪਹੁੰਚਣ ਤੋਂ ਬਾਅਦ ਸਾਡੇ ਪ੍ਰੈਸ ਸਾਹਿਬ ਬੈਠੇ ਨੇ ਇੱਥੇ, ਘੁੰਮਣ ਸਾਹਿਬ ਔਰ ਪਰਵਿੰਦਰ ਸਿੰਘ ਜੀ, ਅਸੀਂ ਸਾਰਿਆਂ ਨੇ ਇੱਕ ਰਾਇ ਕੀਤੀ ਔਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਇਹ ਗੱਲ ਹੋਈ ਹੈ, ਆਪਾਂ ਸਾਰਿਆਂ ਨੇ ਸੁਣੀ ਵੀ ਹੈ ਵੀ ਜਿੱਡੇ ਉਹ ਮਹਾਨ ਖਿਡਾਰੀ ਸੀ ਇਸ ਨਗਰ ਦਾ, ਜਿੰਨਾ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ, ਉਹਨਾਂ ਨੂੰ ਉਹਨਾਂ ਦੀ ਯਾਦ ਨੂੰ ਤਰੋ ਤਾਜ਼ਾ ਰੱਖਣ ਵਾਸਤੇ ਕਿ ਉਹਨਾਂ ਦੇ ਯਾਦ ਦੇ ਵਿੱਚ ਕੁਛ ਨਾ ਕੁਛ ਇੱਥੇ ਇਸ ਨਗਰ ਦੇ ਵਿੱਚ ਐਸਾ ਚੀਜ਼ ਬਣਾਈ ਜਾਵੇ ਜਿਹੜੀ ਆਉਣ ਵਾਲੀਆਂ ਪੁਸ਼ਤਾਂ ਤੱਕ ਇੱਕ ਅੱਛਾ ਸੁਨੇਹਾ ਹੋਵੇ, ਆਉਣ ਵਾਲੇ ਜਿਹੜੇ ਲੋਕ ਨੇ ਸਾਡੀ ਨੌਜਵਾਨ ਪੀੜ੍ਹੀ ਆ ਉਹ ਪ੍ਰੇਰਿਤ ਹੋਣ ਔਰ ਉਹਨਾਂ ਨੂੰ ਪਤਾ ਲੱਗੇ ਵੀ ਇਸ ਨਗਰ ਨੇ ਐਡਾ ਮਹਾਨ ਜਿਹੜਾ ਪਲੇਅਰ ਸੀ ਉਹ ਪੈਦਾ ਕੀਤਾ, ਉਹ ਕਿਸੇ ਬੁੱਤ ਦੇ ਰੂਪ ਦੇ ਵਿੱਚ ਹੋ ਸਕਦੀ ਹੈ ਜਾਂ ਕਿਸੇ ਸਟੇਡੀਅਮ ਦੇ ਨਾਂ ਦੇ ਨਾਲ ਹੋ ਸਕਦੀ ਹੈ ਜਾਂ ਜਿਹੜੀ ਵੀ ਸਾਡੇ ਮੁਹੱਜ਼ਜ਼ ਲੋਕ ਬੈਠ ਕੇ ਸਲਾਹ ਕਰਨਗੇ, ਮਸ਼ਵਰਾ ਕਰਨਗੇ, ਜਿੱਧਰ ਨੂੰ ਵੀ ਚੱਲਣਗੇ ਅਸੀਂ ਇਹਨਾਂ ਦੇ ਨਾਲ, ਇਹਨਾਂ ਦੇ ਪਿੱਛੇ ਪਿੱਛੇ ਔਰ ਆਪਦਾ ਪੂਰਾ ਜਿਹੜਾ ਯੋਗਦਾਨ ਬਣਦਾ ਹੈ ਉਹ ਇਸ ਯਾਦਗਾਰ ਨੂੰ ਬਣਾਉਣ ਦੇ ਵਿੱਚ ਪਾਵਾਂਗੇ, ਤਾਂ ਜੋ ਸਾਡੇ ਉਸ ਮਹਾਨ ਖਿਡਾਰੀ ਨੂੰ ਅਸੀਂ ਹਮੇਸ਼ਾ ਯਾਦ ਰੱਖ ਸਕੀਏ ਔਰ ਉਹਨਾਂ ਦੇ ਪਾਏ ਹੋਏ ਪੂਰਨਾਂ ਦੇ ਉੱਤੇ ਚੱਲ ਸਕੀਏ। ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹੀ ਕਹਿਣਾ ਚਾਹੁੰਦਾ ਕਿ ਅੱਜ ਭਾਈ ਪ੍ਰੀਤੇ ਦੇ ਭੋਗ 'ਤੇ ਸਾਰੇ ਇਕੱਠੇ ਹੋਏ ਸੀ ਅਤੇ ਮੈਂ ਤਾਂ ਇਹ ਚਾਹੁੰਦਾ ਵੀ ਜਿੰਨੀ ਵੀ ਸੰਸਥਾ ਆਈਆਂ ਸੀ ਕੁਛ ਉਹ ਬੋਲ ਕੇ ਜਾਣਾ ਚਾਹੀਦਾ ਕਿ ਅਸੀਂ ਉਹਨਾਂ ਦੀ ਯਾਦਗਾਰੀ 'ਚ ਉਹਨਾਂ ਦਾ ਕਬੁੱਤ ਕਿਤੇ ਚੌਂਕ 'ਚ ਜਾਂ ਕਿਤੇ ਉਹਦੀ ਯਾਦਗਾਰੀ ਬਣਾਈਏ, ਤਾਂ ਆਪਾਂ ਸਾਰੇ ਰਲ ਕੇ ਜਿੰਨੀਆਂ ਵੀ ਸੋਸਾਇਟੀਆਂ ਨੇ ਨਡਾਲੇ 'ਚ, ਮੇਰੇ ਹਿਸਾਬ ਨਾਲ ਘੱਟੋ ਘੱਟ 15-20 ਸੋਸਾਇਟੀਆਂ ਨੇ, ਜੇ ਥੋੜ੍ਹੇ ਥੋੜ੍ਹੇ ਪੈਸੇ ਕਰਨ ਤਾਂ ਆਪਾਂ ਵਧੀਆ ਬੁੱਤ ਬਣਾ ਦਿਓ, ਉਹਦਾ ਇਹ ਨਹੀਂ ਆਪਾਂ ਅੱਜ ਗੱਲਾਂ ਕਰਕੇ ਘਰ ਚੱਲ ਕੇ ਅਤੇ ਬਾਅਦ 'ਚ ਕੋਈ ਗੱਲਬਾਤ ਨਹੀਂ, ਗੱਲਾਂ ਕਰਕੇ ਗੱਲ ਨੂੰ ਨਿਭਾਉਣਾ ਹੈਗਾ ਜੀ। ਅਤੇ ਮੈਂ ਇੱਥੇ ਮਤਲਬ ਇਹੀ ਪੜ੍ਹਨ ਕਹਿੰਦਾ ਵੀ 1,00,000 ਰੁਪਇਆ ਬਾਬਾ ਮੱਖਣ ਸ਼ਾਹ ਬਾਣਾ ਵੈਲਫੇਅਰ ਸੋਸਾਇਟੀ ਨੂੰ ਮਤਲਬ ਪਹਿਲਾ 1,00,000 ਰੁਪਇਆ ਮਤਲਬ ਇਸ ਸੰਸਥਾ ਨੂੰ ਦਿੱਤਾ ਜਾਏਗਾ, ਅਤੇ ਕੋਸ਼ਿਸ਼ ਕਰੋ ਸਾਰੇ ਰਲ ਕੇ ਜਿੱਦਾਂ ਵੀ ਬੰਦਾ ਹੈ ਨਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।